ना वजाज हो गया मेरी गुत सपनी बन जाओ। सत श्री अकाल दोस्तों, सेंट सुल द टाइम्स तो मैं हाँ कोमल, तो अज असी पहुँचे हाँ जी जोगिया की नगरी स्पेरिया के घर, जिथे सप नू देख के वड्डे वड्डिया दे साह सुक जांदे ने, उत्थे ही सपेरे सप नू इस तरह फड़ लैंदे ने जिवें उन्हां दी कोई वक्री सांझ पई होवे। ते अज दिखाने देखो, तुसीं बैक साइड देख चुकदे हो भी किस तरह दा उन्हां दा रहण बसेरा है, किद्दां झुग्गियां विचों रहिंदे ने, इह वी दिखावांगे। ते उह अपने धीआं दे विआह दे विच किहो जिहा दाज दिंदे ने, इह वी गलबात करांगे। ते आओ फिर गल करदे हां जी फरियाद नाथ नाल। ਜਦੋਂ ਵੀ ਕਿਸੇ ਦੀ ਧੀ ਦਾ ਵਿਆਹ ਹੁੰਦਾ ਤਾਂ ਆਪਣੀ ਧੀ ਨੂੰ ਦਹੇਜ ਜ਼ਰੂਰ ਦਿੰਦਾ, ਅਤੇ ਅਸੀਂ ਇਹਨਾਂ ਦੇ ਨਾਲ ਦਹੇਜ ਬਾਰੇ ਹੀ ਗੱਲਬਾਤ ਕਰਾਂਗੇ, ਕਿਉਂਕਿ ਇਹਨਾਂ ਦੇ ਘਰਾਂ ਵਿੱਚ ਵੀ ਵਿਆਹ ਹੁੰਦੇ ਨੇ ਅਤੇ ਇਹ ਆਪਣੀ ਧੀਆਂ ਨੂੰ ਕਿਸ ਤਰ੍ਹਾਂ ਦਾ ਦਹੇਜ ਦਿੰਦੇ ਨੇ ਉਹਦੇ ਬਾਰੇ ਗੱਲਬਾਤ ਜ਼ਰੂਰ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਸੇਂਟ ਸੋਲ ਦੇ ਟਾਈਮਸ ਦੇ ਵਿੱਚ। ਬੇਟਾ ਸਾਡੇ ਵੀ ਗੁੱਡੀਆਂ ਦੇ ਵਿਆਹ ਸਾਡੀਆਂ 'ਚ ਸਾਡੇ ਦਿੰਦੇ ਨੇ ਜੀ, ਸੱਪਾਂ ਦਾ ਜੋੜਾ ਦੇਣਾ ਹੈ ਲੜਕੀ ਨੂੰ, ਸੱਪ ਦਾ ਮਣਕਾ ਦੇਣਾ, ਗਿੱਦੜ ਸਿੰਘੀ ਦਾ ਜੋੜਾ ਦੇਣਾ, ਬਿੱਲੀ ਦੀ ਜੇਰ ਦੇਣੀ, ਹੱਥਾਂ ਜੋੜੀ ਦੇਣੀ, ਕਸਤੂਰੀ ਮਣ ਮੋਹਣੀ ਦੇਣੀ, ਇਹ ਬੇਟੇ ਸਾਡੇ ਵੱਡਾ ਸ਼ੁਭ ਗਹਿਣਾ ਮੰਨਿਆ ਜਾਂਦਾ ਗੁੱਡੀਆਂ ਨੂੰ। ਸਾਡੇ ਨਾਂ ਚੀਜ਼ਾਂ ਦਿੱਤੀਆਂ, ਸਾਡੇ ਵੀ ਲੜਕੀ ਦਾ ਤਲਾਕਨਾਮਾ ਦਿੰਦੇ ਨੇ, ਜਦ ਕਿ ਚੀਜ਼ਾਂ ਸਾਡੇ ਮੈਨੂੰ ਚੀਜ਼ਾਂ ਇਹਨਾਂ ਹੀ ਦਿੱਤੀਆਂ। ਹਾਂਜੀ, ਅਤੇ ਜਿਸ ਤਰ੍ਹਾਂ ਸਾਡੇ ਆਮ ਵਿਆਹ ਦੇ ਵਿੱਚ ਕੁੜੀ ਨੂੰ ਗਹਿਣਾ ਗੱਟਾ ਵੀ ਪਾਉਂਦੇ ਨੇ, ਕੁਛ ਉੱਦਾਂ ਦੀ ਰਸਮ ਵੀ ਕਰਦੇ? ਹਾਂ, ਸਾਡੇ ਫਿਰ ਗਹਿਣਾ ਗੱਟਾ ਵੀ ਬਸ ਜਿਵੇਂ ਦਾ ਹਫਚਾ ਮਾੜਾ ਮੋਟਾ, ਚਲੋ ਜਿੰਨਾ ਧੀ ਨੂੰ ਸਰਿਆ ਅਤੇ ਉਨਾ ਕੁ ਚਲੋ ਕੱਪੜਾ ਲੀੜਾ ਮੰਜਾ ਪੀੜਾ ਦੇ ਦੇਣਾ ਹੈ। ਹੋਰ ਵੱਡਾ ਕੋਈ ਕੁੱਟੋ ਮਛਾਲੀਆਂ ਤਾਂ ਕੋਈ ਹੈ ਨਹੀਂ ਸਾਡੇ ਕੋਲ, ਬਸ ਜਿੰਨਾ ਲੜਕੀ ਨੂੰ ਪਰਮਾਤਮਾ ਦਾ ਸਰਦਾ ਕੰਨਿਆ ਧਿਆਣੀ ਨੂੰ, ਚਲੋ ਉਹ ਦਾਨ ਸਾਡੇ ਵੱਡਾ ਮੰਨਿਆ ਜਾਂਦਾ ਹੈ। ਕਹਿੰਦੇ ਨੇ ਦੁਨੀਆਂ ਦੇ ਵਿੱਚ ਸਭ ਤੋਂ ਵੱਡਾ ਜੋ ਦਾਨ ਹੈ ਉਹ ਧੀ ਦਾ ਦਾਨ ਹੈ। ਜਿਨ੍ਹਾਂ ਦੇ ਘਰ ਧੀਆਂ ਨੇ ਉਹ ਬਹੁਤ ਹੀ ਸੁਭਾਗੀ ਹੁੰਦੇ ਨੇ, ਵੱਡ ਭਾਗੀ ਹੁੰਦੇ ਨੇ, ਔਰ ਜਿਨ੍ਹਾਂ ਦੇ ਘਰ ਧੀਆਂ ਨਹੀਂ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਧੀਆਂ ਦਾ ਜਿਹੜਾ ਪਿਆਰ ਹੈ ਉਹ ਸਾਰੀ ਜ਼ਿੰਦਗੀ ਉਸ ਤੋਂ ਵਾਂਝੇ ਰਹਿ ਜਾਂਦੇ ਨੇ, ਅਤੇ ਉਹ ਸੋਚਦੇ ਨੇ ਕਿ ਕਾ ਸਾਡੇ ਘਰ ਵੀ ਧੀ ਹੋਵੇ। ਸੋ ਸਾਡੇ ਨਾਲ ਹੋਰ ਪਰਸਨ ਬੈਠੇ ਨੇ ਸਰ, ਤੁਹਾਡਾ ਨਾਮ ਕੀ ਹੈ ਜੀ? ਮੇਰਾ ਸ਼ਰਨਜੀਤ ਜੋਗੀ ਹੈ ਜੀ। ਸ਼ਰਨਜੀਤ ਜੋਗੀ ਜੀ, ਅਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ ਕਿ ਸੱਪ ਬਾਰੇ, ਜਿੱਦਾਂ ਤੁਸੀਂ ਬਿਲਕੁਲ ਸੱਪ ਦੇ ਕੋਲ ਬੈਠੇ ਹੋ, ਮੈਂ ਦੂਰ ਬੈਠੀ ਹਾਂ, ਮੈਨੂੰ ਫਿਰ ਵੀ ਡਰ ਲੱਗ ਰਿਹਾ, ਡਰ ਨੂੰ ਕਿੱਦਾਂ ਤੁਸੀਂ ਭਜਾਉਂਦੇ ਹੋ? ਦੇਖੋ ਮੈਡਮ, ਇੱਦਾਂ ਹੈ ਵੀ ਸਾਡੇ ਮਤਲਬ ਜੱਦੀ ਕੰਮ ਹੈ ਬਜ਼ੁਰਗਾਂ ਤੋਂ, ਸਾਡੇ ਦਾਦੇ ਬਾਬੇ ਮਤਲਬ ਇਹੀ ਕੰਮ ਕਰਦੇ ਨੇ। ਇਹ ਵੀ ਨਹੀਂ ਕਹਿੰਦੇ ਵੀ ਸਾਡੇ ਲੜਦਾ ਨਹੀਂ ਹੈ, ਸਾਡੇ ਵੀ ਲੜ ਜਾਂਦਾ, ਸਾਡੇ ਵੀ ਮੁੰਡੇ ਨੌਜਵਾਨ ਮਤਲਬ ਮਾਰੇ ਨੇ ਇਹਨਾਂ ਨੇ ਸੱਪਾਂ ਨੇ। ਆਹ ਦੇਖੋ ਸਾਡੇ ਵੀ, ਆਹ ਦੇਖ ਮੇਰੇ, ਆ ਮੇਰੇ ਹੱਥ 'ਤੇ, ਆਹ ਦੇਖ ਆਹ ਸੱਪਾਂ ਨੇ ਵੱਢਿਆ ਦਾ। ਪਰ ਇੱਕ ਚੀਜ਼ ਹੈ, ਸਾਡੇ ਕੋਲ ਦਵਾਈਆਂ ਬੂਟੀਆਂ ਹੁੰਦੀਆਂ, ਮਣਕਾ ਹੁੰਦਾ, ਜਿਹਦੇ ਆਸਰੇ ਨਾਲ ਮਤਲਬ ਅਸੀਂ ਇਹ ਜਾਨਵਰ ਕਾਬੂ ਕਰ ਲੈਂਦੇ ਹਾਂ। ਨਹੀਂ ਤਾਂ ਸੱਪ ਚੋਰ ਅਤੇ ਚੁਗਲਖੋਰ, ਇਹ ਨਹੀਂ ਮਿੱਤ ਬਣਦੇ ਕਿਸੇ ਦੇ। ਕਹਿੰਦੇ ਨੇ ਸੱਪਾਂ ਦੇ ਪੁੱਤਾਂ ਨੂੰ ਚੁਲੀਆਂ ਦੁੱਧ ਪਿਲਾਈਏ, ਮਿੱਤ ਨਹੀਂ ਬਣਦੇ, ਮਿੱਤ ਨਹੀਂ ਬਣਦੇ। ਚੋਰ ਚੋਰੀ ਛੱਡ ਜੂ, ਹੇਰਾ ਫੇਰੀ ਕਰੂ, ਜਿਹੜਾ ਚੁਗਲਖੋਰ ਉਹਨੂੰ ਕਿੰਨਾ ਮਰਜ਼ੀ ਸਮਝਾ ਦਿਓ, ਉਹਨੇ ਕਿਤੇ ਨਾ ਕਿਤੇ ਆਪਣਾ ਕੰਮ ਕਰ ਜਾਣਾ। ਇਹ ਚੀਜ਼ਾਂ ਸਾਡੇ ਮਤਲਬ ਜੱਦੀ ਹੈ, ਜਿੱਦਾਂ ਸਾਡੇ ਬਜ਼ੁਰਗ ਨੇ ਦੱਸਿਆ ਸਾਡੇ ਵਿਆਹ ਦੇ ਵਿੱਚ ਚੀਜ਼ਾਂ, ਪਹਿਲਾਂ ਮੇਨ ਸਾਡੇ ਵਿਆਹ 'ਚ ਸੱਪਾਂ ਦਾ ਜੋੜਾ, ਇੱਕ ਫਿਰ ਆ ਝੋਲੀ, ਇੱਕ ਬੀਨ, ਫਿਰ ਸੱਪ ਦਾ ਮਣਕਾ, ਫਿਰ ਹੱਥ ਜੋੜੀ, ਬਿੱਲੀ ਦੀ ਜੇਰ, ਜੋੜਾ ਗਿੱਦੜ ਸਿੰਘੀ, ਮਣ ਮੋਹਣੀ, ਉੱਲੂ ਦਾ ਪੰਜਾ। ਇਹ ਚੀਜ਼ਾਂ ਮਤਲਬ ਸਾਡੇ ਕੁੜੀਆਂ ਨੂੰ ਗਹਿਣਾ ਗੱਟਾ ਸਮਝਦੇ ਨੇ, ਦਾਜ ਦਹੇਜ ਜੇ ਮਤਲਬ ਇਹ ਵੀ ਦੇਣੇ ਆ, ਫਿਰ ਬਾਕੀ ਮੰਜਾ ਪੀੜਾ ਜਿਹੜਾ ਹੈਗਾ ਕੰਨਿਆਂ ਨੂੰ ਉਹ ਤਾਂ ਦੇਣਾ ਪੈਂਦਾ ਜੀ, ਮਾੜਾ ਮੋਟਾ ਕੱਪੜਾ ਲੀੜਾ ਦੇਣਾ ਪੈਂਦਾ, ਜਿੱਦਾਂ ਮਤਲਬ ਰੀਤੀ ਰਿਵਾਜ਼ ਆਪਣਾ ਹੈਗਾ ਉਹ ਤਾਂ ਕਰਨੇ ਪੈਂਦੇ। ਅੱਛਾ, ਗੱਲਾਂ ਕਰਦੇ ਹਾਂ, ਕਿੱਦਾਂ ਤੁਸੀਂ ਬਹੁਤ ਸਾਰਾ ਸਮਾਨ ਦੱਸਿਆ ਹੈ, ਬਿੱਲੀ ਦੀ ਜੀਰ ਦੀ ਗੱਲ ਕਰਦੇ ਹਾਂ, ਉਹ ਤੁਸੀਂ ਕਿੱਦਾਂ ਮਤਲਬ ਫੜ ਲੈਂਦੇ ਹੋ, ਕਿਉਂਕਿ ਬਿੱਲੀ ਜਦੋਂ ਜਾਪਾ ਕਰਦੀ ਹੈ ਉਹ ਤਾਂ ਆਪਣੀ ਇੱਕ ਚੀਜ਼ ਵੀ ਨਹੀਂ ਛੱਡਦੀ ਹੈ? ਸਾਰਾ ਖਾ ਮੈਡਮ, ਇੱਦਾਂ ਵੀ ਜਿੱਦਾਂ ਅਸੀਂ ਬਿੱਲੀ ਦੀ ਜੇਰ ਜਦੋਂ ਮਤਲਬ ਸੂਣ ਵਾਲੀ ਹੁੰਦੀ ਬਿੱਲੀ, ਜਿੱਦਾਂ ਡੰਗਰ ਦੁੱਧ ਲਾ ਲੈਂਦਾ, ਇੱਦਾਂ ਜਦੋਂ ਬਿੱਲੀ ਸੂਣ ਵਾਲੀ ਹੁੰਦੀ ਹੈ ਫਿਰ ਅਸੀਂ ਉਹਨੂੰ ਫੜ ਲੈਣਾ, ਫੜ ਕੇ ਅੰਦਰ ਪਿੰਜਰੇ 'ਚ ਬੰਦ ਕਰਕੇ ਤੂੜੀ, ਫਿਰ ਚੌਲਾਂ ਦੀ ਫੱਕ ਜਾਂ ਤੂੜੀ ਮਿਲ ਜਾਏ ਉਹਦੀ ਵਿੱਚ ਸੁੱਟ ਦੇਣੀ ਹੈ, ਉਹਨੇ ਜਦੋਂ ਸੂਣਾ ਫਿਰ ਉਹ ਜਿਹੜੀ ਵਿੱਚ ਚੂੜੀ ਲੱਗਣੀ ਹੈ ਜਾਂ ਚੌਲ ਲੱਗਣੇ ਆ ਉਹ ਫਿਰ ਲਚਮੜ ਜਾਂਦੇ, ਉਹਨੂੰ ਫਿਰ ਖਾਵੇਗੀ ਤੇ ਕੱਢਦਾ ਜੀ ਉਹ ਮਤਲਬ, ਫਿਰ ਜਿਹੜੀ ਮਾੜੀ ਮੋਟੀ ਕੱਢਤੀ ਉਹ ਸਾਡੇ ਹੱਥ ਲੱਗਦੀ ਹੈ, ਨਹੀਂ ਤਾਂ ਅਸੀਂ ਵੀ ਲੈ ਨਹੀਂ ਸਕਦੇ। ਦੇਖੋ ਜਿਹੜੀ ਆਹ ਚੀਜ਼ ਹੈ, ਦੇਖੋ ਆਹ ਬਿੱਲੀ ਦੀ ਜੇਰ ਹੈ, ਇਹ
ਇਹਨੂੰ ਤੁਸੀਂ ਸੰਧੂਰ ਲਗਾਇਆ ਹੋਇਆ ਹੈ? ਇਹ ਸੰਧੂਰ ਚ ਰੱਖੀ ਦੀ, ਉਦਾਂ ਵੀ ਪਈ ਹੈ ਸਾਡੇ ਕੋਲ। ਇਹ ਬਿੱਲੀ ਦੀ ਜੇਰ ਹੈ ਆ, ਜਿਹੜੀ ਮਤਲਬ ਗਿੱਦੜ ਸਿੰਘੀ ਹੈ। ਇਹ ਜੋੜਾ ਹੁੰਦਾ ਨਰ ਮਾਦੇ ਦਾ, ਆ ਦੇਖੋ ਇਹ ਮਨਾਰੇ, ਆ ਮਦੀਨ ਹੈ, ਆ ਉੱਲੂ ਦਾ ਪੰਜਾ ਸਾਡੇ ਦਾਜ, ਆ ਮਤਲਬ ਹੱਥ ਜੋੜੀ, ਆ ਦੇਖੋ ਇਹ ਹੱਥ ਜੋੜੀ ਹੈ, ਇਹ ਹੱਥਾਂ ਜੋੜੀ ਹੈ, ਇਹ ਵੀ ਵਿਆਹ ਚ ਦਿੰਦੇ ਨੇ ਜੋੜੀਆ ਸੰਦੋਖ। ਆ ਚੀਜ਼ ਮਤਲਬ ਮਣਕਾ, ਜਿਹੜਾ ਸੱਪ ਦੀ ਮਤਲਬ ਜ਼ਹਿਰ ਚੂਸਦਾ, ਆ ਦੇਖੋ ਇਹ ਮਣਕਾ। ਜੇ ਕਿਤੇ ਪਰਮਾਤਮਾ ਨਾ ਕਰੇ ਸੱਪ ਲੜ ਜਾਏ, ਫੂਕ ਲੱਗ ਜਾਏ, ਮਿੱਟੀ ਲੱਗ ਜਾਏ, ਝੱਗ ਲੱਗ ਜਾਏ, ਡੰਗ ਲੱਗ ਜਾਏ, ਕੱਖ ਲੱਗ ਜਾਏ, ਕਿੱਦਾਂ ਦਾ ਵੀ ਚਾਂਸ ਹੋ ਜਾਏ, ਇਹਦਾ ਕੋਈ ਮੰਤਰ ਨਹੀਂ ਕਰਨਾ ਕਿਤੇ ਵੀ ਛਾਲਾ ਸੱਪ ਸਪੂਲੀਆ ਲੜਿਆ ਦਾ ਹੋਵੇ, ਬਸ ਇੱਦਾਂ ਇਹਨੂੰ ਕੋਲ ਕਰ ਦਿਓ, ਇਹਨੇ ਆਪਣੇ ਆਪ ਚਿੰਬੜ ਜਾਣਾ, ਜਿੱਦਾਂ ਚਮਕ ਪੱਥਰ ਪੈਂਦਾ ਲੋਹੇ ਨੂੰ, ਇੱਦਾਂ ਫਿਰ ਚਿੰਬੜ ਜਾਂਦਾ, ਇਹਨੇ ਫਿਰ ਭਰ ਜਾਣਾ, ਇਹਨੂੰ ਦੁੱਧ 'ਚ ਪਾ ਦਿਓ ਤਾਂ ਵੀ ਜ਼ਹਿਰ ਕੱਢ ਦੂ, ਇੱਦਾਂ ਘੁੱਟ ਦੀਏ ਤਾਂ ਵੀ ਜ਼ਹਿਰ ਕੱਢਦਾ ਹੈਗਾ, ਪਰ ਘੁੱਟਣਾ ਤਾਂ ਪੈਂਦਾ ਜੇ ਆਪਣੇ ਹੱਥ 'ਚ ਜ਼ਖਮ ਨਾ ਹੋਵੇ, ਜੇ ਆਪਣੇ ਹੱਥ 'ਚ ਜ਼ਖਮ ਹੈ ਫਿਰ ਆਪਾਂ ਇਹਨੂੰ ਘੁੱਟ ਨਹੀਂ ਸਕਦੇ, ਜਿੱਦਾਂ ਮੇਰੇ ਹੱਥ 'ਚ ਆ ਦੇਖੋ ਜ਼ਖਮ ਹੈ, ਮੈਂ ਘੁੱਟ ਨਹੀਂ ਸਕਦਾ, ਕਿਉਂਕਿ ਜੇ ਮੈਂ ਇੱਧਰੋਂ ਘੁੱਟਿਆ ਇੱਧਰ ਚੜ ਜਾਣੀ ਹੈ, ਹਾਂਜੀ, ਜੇ ਜ਼ਖਮ ਨਹੀਂ ਫਿਰ ਭਾਵੇਂ ਕੁਛ ਮਰਜੀ ਇੱਥੇ ਰੱਖ ਲਓ ਜ਼ਹਿਰ, ਫਿਰ ਆਪਾਂ ਨੂੰ ਕੁਛ ਨਹੀਂ ਕਹਿ ਸਕਦੇ, ਹਾਂਜੀ। ਇਹ ਵੀ ਹਜੇ ਤੱਕ ਜਾਣੀ ਆ ਮਤਲਬ ਜਿਹੜੀ ਗਿੱਦੜ ਸਿੰਘੀ ਹੈ ਛੋਟੀ ਹੈ, ਇਹ ਹਜੇ ਤੱਕ ਕੋਈ 2-2.5 ਸਾਲ ਦੀ ਹੋਈ ਹੈ, ਜਿਹੜੀ ਮੇਰੇ ਸਹੁਰਿਆਂ ਨੇ ਦਿੱਤੀ ਦੀ ਹੈ, ਰਿਆਤ ਨੇ, ਹਾਂ ਆਪਣੇ ਆਪ ਹੀ ਸੰਧੂਰ ਖਾ ਕੇ, ਏਦਾਂ ਫਿਰ ਇਹ ਵਧੀ ਜਾਂਦੀ ਆ, ਦੇਖੋ ਏਦਾਂ ਵਧੀ ਜਾਂਦੀ ਹੈ, ਮਤਲਬ ਇਹ ਤੁਹਾਡੇ ਵਿਆਹ ਦੇ ਦਾਜ ਦੀ ਹੈ, ਐਡੀ ਹੋ ਜਾਂਦੀ ਆਪਣੇ ਆਪ ਹੀ, ਏਦਾਂ ਇਹਨੇ ਵਧੀ ਜਾਣਾ, ਦੇਖੋ ਕਾਰੋਬਾਰ ਵਾਸਤੇ ਹੁੰਦੀ ਹੈ, ਫਤਿਹ ਨਮੀ ਵਾਸਤੇ, ਵੀ ਜਿੱਦਾਂ ਕੋਈ ਕਾਰੋਬਾਰ ਅੜਦਾ, ਕੰਮ ਨਹੀਂ ਬਣਦਾ, ਕੰਮ ਚ ਵਿਘਨ ਪੈਂਦਾ, ਕੰਮ ਨਹੀਂ ਸਿਰੇ ਚੜਦਾ, ਕੰਮ ਬਣਦਾ ਰੁਕ ਜਾਂਦਾ, ਸਿਰਫ ਇਹਦੇ ਖੋਲ ਕੇ ਦਰਸ਼ਨ ਕਰਕੇ ਤੁਰ ਜਾਓ, ਕੰਮ ਫਤਿਹ। ਬਾਕੀ ਇਹ ਸਾਡੇ ਤਾਂ ਦਿੰਦੇ ਨੇ, ਦੇਖੋ ਆਪਾਂ ਧੀਆਂ ਕਾਹਨੂੰ ਵਿਆਹੁੰਦੇ ਹਾਂ, ਸੁੱਖ ਨੂੰ, ਸੁੱਖ ਨੂੰ, ਆਹ ਲੋਕ ਆਪਾਂ ਕਹਿੰਦੇ ਨੇ ਵੀ ਜਾ ਪਰਮਾਤਮਾ ਮੇਰੀ ਧੀ ਸੁਖੀ ਹੈ ਤਾਂ ਮੰਮੀ ਸੁਖੀ ਹਾਂ, ਜੇ ਧੀ ਦੁਖੀ ਹੈ ਤਾਂ ਪਾਪਾ ਪਹਿਲਾਂ ਦੁਖੀ ਹੈ, ਇਹ ਸਾਡੇ ਲੜਕੀਆਂ ਨੂੰ ਤਾਂ ਦਿੰਦੇ ਕਿ ਵੀ ਸਾਰੀ ਉਮਰ ਸੁੱਖ ਲਵੇ, ਦੁੱਖ ਨਾ ਪਵੇ ਇਹਨੂੰ ਕੋਈ, ਸੁੱਖ ਵਾਸਤੇ ਦਿੰਦੇ ਨੇ ਚੀਜ਼ਾਂ, ਹਾਂਜੀ, ਹੋਰ ਮਾਇਆ ਨਹੀਂ ਦਿੰਦੀ ਚੀਜ਼ ਜੀ। ਇਹ ਬਹੁਤ ਵੱਡੀ ਗੱਲ ਹੈ, ਲੋਕਾਂ ਦਾ ਵਹਿਮ ਹੁੰਦਾ ਕਿ ਅਸੀਂ ਆਹ ਚੀਜ਼ ਲੈ ਜਾਈਏ ਤੇ ਅਸੀਂ ਕਰੋੜਾਪਤੀ ਬਣ ਜਾਾਂਗੇ, ਅਰਬਾਪਤੀ ਬਣ ਜਾਾਂਗੇ, ਪਰ ਮਿਹਨਤ ਕਰਨੀ ਪੈਂਦੀ ਹੈ ਜੀ। ਆਹ ਮਣਕਾ ਹੋਇਆ, ਕਹਿੰਦੇ ਦਿੰਦੇ ਫਲਾਣਾ ਤੇਰੇ ਤੇ ਕਿਹੜੀ ਪਿੱਛੇ, ਆਹ ਮਣਕਾ ਹੋਇਆ ਵੀ ਗਿੱਦੜ ਸਿੰਘ ਹੀ ਲੱਗ ਗਈ, ਆਹ ਚੀਜ਼ਾਂ ਫਿਰ ਸਾਡੇ ਦਾਜ ਦੇ ਦਿੰਦੇ ਨੇ ਕੁੜੀਆਂ ਨੂੰ, ਕਿਹੜੇ ਕੰਮ ਤੇ ਲੈ ਜਾਵੇ ਕੰਮ ਫਤਿਹ ਜੀ, ਆਹ ਵੀ ਇਹਨਾਂ ਦੇ ਬੱਚੇ ਹੀ, ਆਹ ਛੋਟੇ ਛੋਟੇ, ਆਹ ਦੇ ਇਹਨਾਂ ਨੇ ਵੀ ਸਤੂਰੀ ਖਾਣਾ, ਇਸ ਤੋਂ ਵੀ ਛੋਟੇ ਛੋਟੇ ਬੱਚੇ ਹੀ, ਹੋਰ ਇਹਦਾ ਜੋੜਾ ਬਣਾਇਆ, ਕੀੜੀ ਤੋਂ ਲਾ ਕੇ ਪਤੰਗੇ ਤੱਕ, ਦਰਖਤ ਤੋਂ ਲਾ ਕੇ ਹਰ ਜਾਨਵਰ ਤੱਕ ਪਰਮਾਤਮਾ ਨੇ ਜੋੜਾ ਤਿਆਰ ਕੀਤਾ ਜੀ। ਸਰ ਇਹ ਦੱਸਿਓ ਕਿ ਇਹਨਾਂ ਦੀ ਉਮਰ ਕਿੰਨੀ ਹੁੰਦੀ ਹੈ? ਦੇਖੋ ਜੀ, ਜੇ ਆਪਾਂ ਇਹਦੇ ਵਿੱਚ ਹਨੂੰਮਾਨ ਸੰਧੂਰ ਪੈਂਦਾ ਕੇਸਰੀ, ਇੱਕ ਹੁੰਦਾ ਲਾਲ ਸੰਧੂਰ ਬੁੜੀਆਂ ਵਾਲਾ, ਜੇ ਇਹਦੇ ਵਿੱਚ ਪਾ ਦਈਏ ਇਹਦੇ ਨਾਲ ਖਤਮ ਹੋ ਜਾਂਦੀ ਹੈ, ਫਿਰ ਵੱਧਦੀ ਨਹੀਂ। ਜੇ ਆਪਾਂ ਕੇਸਰੀ ਸੰਧੂਰ ਪਾ ਕੇ ਰੱਖੀਏ ਜਿਹੜਾ ਮਹਾਵੀਰ ਤੇ ਚੜ੍ਹਦਾ ਹਨੂੰਮਾਨ ਜੀ ਤੇ, ਫਿਰ ਭਾਵੇਂ 100 ਸਾਲ ਰੱਖ ਲਓ ਫਿਰ ਇਹ ਚੀਜ਼ ਵੱਧਦਾ ਹੀ ਰਹਿੰਦੀ ਹੈ। ਹਾਂਜੀ, ਤੁਸੀਂ ਇਹ ਦੱਸੋ ਕਿ ਚਲੋ ਕੰਮ ਹਰੇਕ ਦਾ ਆਪਣਾ ਆਪਣਾ ਹੈਨਾ, ਜੋ ਪਰਮਾਤਮਾ ਨੇ ਲਿਖਿਆ ਸੀ ਉਹੀ ਖਾਣਾ, ਤੇ ਜਿਹੜੀ ਅੱਜ ਕੱਲ ਦੀ ਨਵੀਂ ਪੀੜ੍ਹੀ ਹੈ ਜਿੱਦਾਂ ਤੁਹਾਡੇ ਬੱਚੇ, ਉਹ ਵੀ ਇਹੀ ਕੰਮ ਕਰਨਗੇ? ਮੈਡਮ ਇਸ ਤਰ੍ਹਾਂ ਹੈ ਵੀ ਦੇਖੋ, ਜਿਹੜੇ ਹੁਣ ਸਾਡੀ ਨਵੀਂ ਪੀੜ੍ਹੀ ਹੈ, ਮੇਰੀ ਤੱਕ ਦੇ ਵਿੱਚ 100 ਚੋਂ 5-7 ਕਰਦੇ ਆ, ਨਹੀਂ ਤਾਂ ਹਟ ਗਏ, ਕਿਉਂਕਿ ਕੰਮ ਇੱਕ ਤਾਂ ਰਿਸਕੀ ਹੈ ਬਹੁਤ, ਇੱਕ ਮਤਲਬ ਹੁਣ ਕੰਮ ਦੇ ਵਿੱਚ ਕਦਰ ਨਹੀਂ, ਤੁਹਾਨੂੰ ਸੱਚੀ ਗੱਲ ਦੱਸੀਏ, ਕਿਉਂਕਿ ਘਰ ਘਰ ਮੰਗਣਾ ਬਹੁਤ ਔਖਾ ਹੈ, ਘਰ ਘਰ ਜਾਣਾ ਬਹੁਤ ਔਖਾ ਹੈ, ਕਹਿੰਦੇ ਨੇ ਮੰਗਣ ਗਿਆ ਸੋ ਮਰ ਗਿਆ, ਜਿਹੜਾ ਹੁੰਦਾ ਮੁਕਰ ਗਿਆ ਪਹਿਲੇ ਮਰ ਗਿਆ, ਇਹ ਜਿਹੜਾ ਮੰਗਣਾ ਹੁਣ ਜਿਹੜੇ ਸਾਡੇ ਬੱਚੇ ਨੇ, ਮਤਲਬ ਪਹਿਲਾਂ ਚਲੋ ਅਸੀਂ ਅਨਪੜ੍ਹ ਹਾਂ, ਸਾਨੂੰ ਨਹੀਂ ਪਤਾ ਇਸ ਚੀਜ਼ ਬਾਰੇ, ਚਲੋ ਸਾਡੇ ਬਜ਼ੁਰਗ ਕਰਦੇ ਸੀ, ਅਸੀਂ ਵੀ ਨਾਲ ਮਾੜਾ ਮੋਟਾ ਕਰ ਲਿਆ, ਹੁਣ ਜਿਹੜੇ ਸਾਡੇ ਬੱਚੇ ਨੇ ਮਤਲਬ ਪੜ੍ਹ ਲੈ ਗਏ ਨੇ, ਸਾਡੀਆਂ ਲੜਕੀਆਂ ਵੀ ਪੜ੍ਹ ਗਈਆਂ, ਸਾਡੇ ਬੱਚੇ ਵੀ ਪੜ੍ਹ ਗਏ ਮੁੰਡੇ, ਹੁਣ ਮਤਲਬ ਨਹੀਂ ਕੰਮ ਕਰਦੇ, ਹੁਣ ਤਾਂ ਮਤਲਬ ਉਹਨਾਂ ਨੇ ਆਪਣੀ ਪੜ੍ਹਾਈ ਲਿਖਾਈ ਫੈਕਟਰੀਆਂ 'ਚ ਲੱਗੇ ਨੇ, ਕੋਈ ਕਿਤੇ ਲੱਗਿਆ, ਕੋਈ ਕਿਤੇ ਕੰਮ ਕਰਦਾ, ਕੋਈ ਦੁਕਾਨ 'ਚ ਲੱਗਿਆ, ਏਦਾਂ ਆਪਣਾ ਆਪਣਾ ਮਤਲਬ ਕੰਮ ਹੈ ਹੁਣ, ਹਾਂ ਅੱਗੇ ਨੂੰ ਮਤਲਬ ਕੰਮ ਸਮਝ ਲਿਆ ਵੀ ਇਹ ਬੰਦ ਹੈ, ਹਾਂਜੀ ਹੁਣ ਚੱਲਣਾ ਨਹੀਂ ਜ਼ਿਆਦਾ ਕੰਮ, ਅੱਗੇ ਤਾਂ ਔਖਾ ਹੀ ਆ, ਕੋਈ ਬਿਰਲਾ ਹੀ, ਹੁਣ ਹੀ ਬਿਰਲੇ ਜੋਗੀ ਹੋ ਗਏ, ਹਾਂਜੀ ਹੁਣ ਵੀ ਅੱਗੇ ਨੇ ਤਾਂ ਪਿੰਡਾਂ 'ਚ ਸ਼ਹਿਰਾਂ 'ਚ ਆਮ ਘੁੰਮਦੇ ਰਹਿੰਦੇ ਸੀ, ਹੁਣ ਹੈ ਨਹੀਂ, ਬਹੁਤ ਹੀ ਜ਼ਿਆਦਾ ਘਟ ਗਿਆ ਕੰਮ, ਕਿਉਂ ਕੰਮ ਹੈ ਨਹੀਂ ਹੁਣ, ਜਿੱਦਾਂ ਤੁਹਾਨੂੰ ਪਤਾ ਕਿਦਾਂ ਲੱਗਦਾ ਕਿ ਫਲਾਣੀ ਜਗ੍ਹਾ ਸੱਪ ਹੈਗਾ ਤਾਂ ਤੁਸੀਂ ਉੱਥੇ ਫੜਨ ਜਾਣਾ? ਇਹ ਮਤਲਬ ਅਸੀਂ ਕਾਰਡ ਵੰਡੇ ਹੋਏ ਨੇ, ਜਾਂ ਕੋਈ ਬੰਦਾ ਸਾਡੇ ਕੋਲ ਆ ਜਾਵੇ, ਫੋਨ ਨੰਬਰ ਅਸੀਂ ਆਪਣੇ ਦਿੱਤੇ ਹੋਏ ਨੇ, ਜਾਂ ਮਤਲਬ ਸਾਡੇ ਕੋਲ ਬੰਦਾ ਇੱਥੇ ਆ, ਸਾਡੇ ਬੋਰਡ ਤੁਸੀਂ ਦੇਖੇ ਹੋਣੇ ਲੱਗੇ ਦੇ, ਇਹ ਮਤਲਬ ਸਾਡੇ ਕੋਲ ਫਿਰ ਬੰਦੇ ਇੱਕ ਨੰਬਰ ਲੈ ਜਾਂਦੇ ਆ, ਜਾਂ ਮਤਲਬ ਸਾਨੂੰ ਫੋਨ ਕਰ ਦਿੰਦੇ ਆ, ਫਿਰ ਅਸੀਂ ਜਾ ਕੇ ਫੜ ਲਿਆਉਂਦੇ ਆ, ਫਿਰ ਬੀਨ ਤੇ ਫੜਨਾ ਆਪਾਂ ਨੇ, ਹਾਂਜੀ ਤੁਸੀਂ ਬਾਹਰ ਬੋਰਡ ਲਗਾਇਆ ਸੀ ਨਾ, ਤੁਸੀਂ ਦਵਾਈਆਂ ਵੀ ਜੜੀ ਬੂਟੀਆਂ ਵੀ ਬਣਾਉਂਦੇ ਹੋ, ਸਾਡੇ ਕੋਲ
साढ़े को दवाइया मतलब दंद की जहाड़ की ददर की चंबल की रीह की अखा की धांत की बवासीर की यह नुक्शे असं आप मारी देने। अच्छा जी। हाँ जी। सप की फूक लग जाए, मिट्टी लग जाए, डंग लग जाए, झग लग जाए, कख लग जाए, ये असं अपने आप इलाज करने इन्हों का। हाँ जी। जो लोग आते हैं कभी उन्होंने उदा कभी हैल्प की भी हाँ भी असं इन्ह की हैल्प कर जाइए? देखो जी हैल्प की गल है मैडम, वो हैल्प तो अजक औखा ही को करता है थोड़ा सच जी सा मेहनत पहली गल तो वह भी औखी ही है क्योंकि असं जी मेहनत करना देखो हम सप गए थे पर हम थोड़े दिन होने एक भैया तो सप लड़ गया उन्होंने बेचारा मातड़ से हूँ असं उन्होंने की करिए जान तो बचानी सी जी जान नहीं बचाते थे रब के दोषी होंगे बंदा। देखो जे जो बेचारा मातड़ है वो तो बेचारा चलो जिन्ना का है का कर लीजिए जेड़ा तगड़ा बंदा वह भी एवं ही है मातड़ तो रोंद रोंद तगड़े भी रोंदे जेड़े है चीजा वह तो चलो जो मतलब कर्मा च भागा च मार परमात्मा रोटी दे जाता बस सब तो वड्डी चीज यही है। सब तो वड्डी गल ही यही है कि परमात्मा रोटी देंदा रवे और हक लाल दी रोटी दवे क्योंकि वो खानी ते पचानी भी सौखी। जो बहुत सारिया गल्लां तुहाडे नाल शेयर कीतियां अपनी धीआं नूं दाज दिओ पर सब तो वड्डी गल संस्कार भी दिओ क्योंकि अगे घर जाके उन्होंने तुहाडा नाम रोशन करना है ते असीं नाल दी उहनां दा कॉन्टैक्ट नंबर भी लवांगे जे तुसीं कुछ पुछना है ते कॉल कर सकदे हो। सर अपना मोबाइल नंबर दस दिओ। मेरा जी 95-09-23-962। हां जी। शरण जी इह कीड़ी जगह है? इह टलमा टलमा रोड। टलमा रोड। हां जी। ਤੁਸੀਂ ਤਾਂ ਚਲੋ ਕਾਫੀ ਟਾਈਮ ਤੋਂ ਲਗਾਤਾਰ ਕੰਮ ਕਰ ਰਹੇ ਹੋ, ਕਾਫੀ ਜ਼ਿੰਦਗੀ 'ਚ ਉਤਾਵ ਚੜਾਅ ਵੀ ਦੇਖੇ ਹੋਣਗੇ, ਕਦੀ ਕਦੀ ਇਦਾਂ ਦੇ ਸੱਪ ਦੇਖਿਆ ਕਿ ਮਤਲਬ ਬਹੁਤ ਹੀ ਜ਼ਿਆਦਾ ਔਖਾ ਕੰਮ ਹੋਇਆ ਫੜਨ ਦਾ? ਬਹੁਤ ਬੇਟੇ ਸੱਪ ਤਾਂ ਉਹ ਪਏ ਨੇ ਸੱਪ ਆਪਣੇ ਪਦਮ ਹੁੰਦਾ ਸੱਪ ਕੋ ਪਦਮ ਕਦੇ ਪਦ ਲੜਿਆ ਪਦਮ ਤੁਰ ਨਹੀਂ ਦਿੰਦਾ ਕਦਮ ਸੱਪ ਡੰਗ ਮਾਰ ਗਿਆ ਬਸ ਸਿਰਫ ਤਾਂ ਮਣਕਾ ਹੀ ਆਪਣੇ ਕੋਲ ਜੇ ਮਣਕਾ ਨਾ ਹੋਵੇ ਫਿਰ ਤਾਂ ਗਿੱਠ ਭਰਨਾ ਮਣਕਾ ਵੀ ਨਾ ਕੰਮ ਕਰੇ ਫਿਰ ਦਵਾਈ ਲਾ ਦੇ ਦੇ ਦਵਾਈ ਫਿਰ ਆਪਾਂ ਟੱਕ ਮਾਰ ਕੇ ਦਵਾਈ ਭਰ ਦੇ ਦੀ ਦਵਾਈ ਭਰ ਦੇ ਜਿੱਦਾਂ ਕਈ ਵਾਰੀ ਜਿਹੜੀ ਜ਼ਹਿਰ ਹੈ ਜੇ ਤਾਂ ਮਤਲਬ ਬੰਨਿਆ ਦਾ ਹੋਵੇ ਮੂਹਰਿਓ ਫਿਰ ਤਾਂ ਜ਼ਹਿਰ ਰੁਕ ਜੂਗੀ ਜੇ ਮਤਲਬ ਨਹੀਂ ਬੰਨਿਆ ਦਾ ਫਿਰ ਜ਼ਹਿਰ ਨਹੀਂ ਰੁਕਣੀ ਫਿਰ ਤਾਂ ਜ਼ਹਿਰ ਤਾਂ ਚੜ੍ਹੀ ਜਾਣੀ ਹੈ ਕਿਉਂ ਜ਼ਹਿਰ ਜਿਹੜੀ ਹੈ ਇਹ ਬਲੱਡ ਦੇ ਰਹਿ ਜਾਣੀ ਹੈ ਆਪਣੇ ਉਹਨੂੰ ਬੰਨ ਪਾ ਦਿਓ ਉਹਦੇ ਮਤਲਬ ਸੱਪ ਇੱਥੇ ਲੜ ਗਿਆ ਬੰਨ ਅੱਗੇ ਪਾ ਦਿਓ ਹੋਰ ਨਾਲ ਜਿੰਨਾ ਆਪਣੇ ਜੋਰ ਫਿਰ ਆਪਣੇ ਬਲੇਡ ਨਾਲ ਟੱਕਣਾ ਇੱਦਾਂ ਛੋਟੇ ਛੋਟੇ ਚੀਰੇ ਲਾ ਦਿਓ ਇੱਦਾਂ ਮਧਾਣੀ ਚੀਰਾ ਮਾਰੋ ਇਸ ਤਰ੍ਹਾਂ ਇੱਦਾਂ ਰਹਿ ਜਾ ਮਾੜੇ ਮਾੜੇ ਨਾੜ ਨੂੰ ਦੇਖ ਕੇ ਲਾਓ ਹੁਣ ਹੋਵੇ ਨਾੜ ਵੱਡੀ ਜਾਵੇ ਨਾੜ ਨੂੰ ਦੇਖ ਕੇ ਆਮ ਆਪਣੇ ਘਰਾਂ 'ਚ ਨਿਮਕ ਹੁੰਦਾ ਜੇ ਕਿਸੇ ਕੋਲ ਨਹੀਂ ਸਾਧਨ ਨਿਮਕ ਹੁੰਦਾ ਘਰਾਂ 'ਚ ਆਪਣੇ ਸਬਜ਼ੀ ਪਾਉਣ ਵਾਲਾ ਬਸ ਉਹ ਨਿਮਕ ਜਿੱਥੇ ਬੇਟ ਟੱਕ ਲਾਇਆ ਮਲੀ ਚੱਲੋ ਜਿਹੜਾ ਬਲੱਡ ਉਹ ਜਾਣ ਦਿਓ ਥੱਲੇ ਨਿਕਲੀ ਜਾਂਦਾ ਬੰਦਾ 2-4 ਘੰਟੇ ਜਿੱਥੇ ਮਰਜ਼ੀ ਜਾ ਸਕਦਾ ਬੰਦਾ ਨਾ ਜਾਊ। ਹਾਂਜੀ ਸੋ ਬਣੇ ਰਹੋ ਜੀ ਸੇਂਟਸ ਆਫ ਦ ਟਾਈਮਸ ਵਿੱਚ ਕੈਮਰਾਮੈਨ ਵਿਨੋਦ ਦੇ ਨਾਲ ਕੋਮਲ।